ਬਰਾਬਰ ਦੇ ਨਾਲ ਪੰਗਾ ਲਿਆ, ਤੂੰ ਬਜ਼ੁਰਗ ਨਾਲ ਪੰਗਾ ਲਿਆ, ਤੇਰੇ ਵਾਸਤੇ ਸ਼ਰਮਨਾਕ ਕਰਨਾ ਆਪਣਾ ਸਮਾਨ ਚੱਕ ਸਾਈਡ ਤੇ ਕੀਤਾ ਨਾ ਹੋਰ। ਨਹੀਂ ਨਹੀਂ ਨਹੀਂ, ਇਹ ਤੇਰੇ ਵਾਸਤੇ ਸ਼ਰਮਨਾਕ ਕਰ ਲਓ। ਇਹਦੇ ਬਾਵਜੂਦ ਰਜਿਸਟਰੀ ਕਰਾ ਗਿਆ, ਪੈਸੇ ਖਰੀਦ ਕੇ ਪੈਸੇ ਦੇ ਕੇ ਕਹਿੰਦਾ ਮੈਂ ਤਾਂ ਤੈਨੂੰ ਵੀ ਧੱਕੇ ਨਾਲ ਬਾਹਰ ਕੱਢ ਸਕਦਾ ਵਾਂ। ਇਹ ਦੁਕਾਨ ਖਾਲੀ ਕਰਾਉਣਾ ਚਾਹੁੰਦਾ ਜੀ, ਮੇਰੇ ਕੋਲ ਦੁਕਾਨ ਬਹੁਤ ਪੁਰਾਣੀ ਦੁਕਾਨ ਆ, 35 ਸਾਲ ਹੋ ਗਏ ਮੈਨੂੰ ਕੰਮ ਕਰਦੇ। ਹਾਂਜੀ, ਇਹ ਜਨਤਾ ਨਗਰ ਗਿੱਲ ਰੋਡ ਤੇ ਜੀ। ਕਿੰਨੇ ਸਾਲ ਦਾ ਕੰਮ ਆ ਜੀ ਤੁਹਾਡਾ? ਫਰੂਟ ਜੂਸ ਦਾ ਜੀ। ਤੇ ਕੀ ਹੋਇਆ ਕੀ ਅੱਜ? ਅੱਜ ਧੱਕੇ ਨਾਲ ਪਿੱਛੋਂ ਮੈਂ ਗਿਆ ਜੀ, ਧੱਕਾ ਮਾਰ ਕੇ ਸਾਰੀ ਦੁਕਾਨ ਸਿੱਟ ਗਿਆ ਥੱਲੇ ਜੀ। ਕਹਿੰਦਾ ਮੈਂ ਤੇਰੀਆਂ ਲੱਤਾਂ, ਇਹ ਕਪਲ ਚਾਵਲਾ ਜੀ, ਹਾਂਜੀ, ਇਹਨੇ ਦੁਕਾਨਾਂ ਖਰੀਦੀਆਂ ਨੇ ਹੁਣ। ਕੀ ਨੁਕਸਾਨ ਕੀ ਕੀਤਾ ਤੁਹਾਡਾ? ਆ ਸਾਰਾ ਫਰੂਟ ਤੁਹਾਡੇ ਸਾਹਮਣੇ ਦੇਖੋ, ਕਿੱਡਾ ਵੱਡਾ ਕਿੰਨਾ ਨੁਕਸਾਨ ਕੀਤਾ ਪਿਆ ਜੀ। ਇਹ ਕਿਹਦੇ ਨਾਮ ਤੇ ਦੁਕਾਨਾਂ? ਕਿਹਦੇ ਨਾਮ ਤੇ ਸੀ ਇਹ ਦੁਕਾਨ? ਗੁਰਦੇਵ ਤੇ ਗਰਮੇਲ ਦੇ ਨਾਂ ਤੇ ਸੀ, ਜਿਨ੍ਹਾਂ ਤੋਂ ਮੈਂ ਦੁਕਾਨਾਂ ਲਈਆਂ ਸੀ। ਅੱਛਾ ਜੀ। ਉਹਨਾਂ ਨੂੰ ਪੈਸੇ ਦੇ ਕੇ ਜਿਹੜੀ ਅੰਦਰ ਖਾਤੀ ਸਾਰਾ ਕੁਝ ਕਰਾ ਗਿਆ, ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਨੇ। 35 ਸਾਲ ਦੀ ਮੈਂ ਦੁਕਾਨ, ਮੈਂ ਕਿਰਾਏਦਾਰ ਹਾਂ ਜੀ, ਮੇਰੇ ਕੋਲ ਸਟੇ ਆਰਡਰ ਆ, ਮੈਂ ਜਿੱਤਿਆ ਹੋਇਆ ਇਹ। ਹਾਂਜੀ, ਪੁਲਿਸ ਕੋਈ ਸੁਣਵਾਈ ਨਹੀਂ ਕਰਦੀ ਪਈ ਜੀ। ਕੋਰਟ ਕੇਸ ਚੱਲਦਾ ਪਿਆ, ਉਹਦੇ ਵਿੱਚ ਵੀ ਮੈਨੂੰ ਸਟੇ ਆਰਡਰ ਮਿਲ ਗਿਆ, ਉਹਦਾ ਪੱਕਾ ਮੈਨੂੰ ਮਿਲਣਾ ਸੀ ਹੁਣ ਦੁਬਾਰਾ, ਇਹਨੇ ਕਰਾਇਆ ਜਿੱਦਣ ਹੁਣ ਜਮ੍ਹਾਂ ਹੋਣਾ ਸੀ ਉੱਦਣ ਮੈਨੂੰ ਮਿਲਣਾ ਸੀ, 5 ਮਹੀਨੇ ਦਾ ਕਰਾਇਆ ਮੇਰਾ ਬਾਕੀ ਸੀਗਾ। ਨਹੀਂ, ਉਹ ਇਕੱਲੇ ਬੰਦੇ ਨੇ ਸੁੱਟੀ ਕਿ ਹੋਰ ਵੀ ਬੰਦੇ ਨਾਲ? ਇਹਦਾ ਮੁੰਡਾ ਸੀ ਕਪਲ ਚਾਵਲਾ ਜੀ। ਹਾਂ, ਕਹਿੰਦਾ ਮੈਂ ਪਹਿਲਾਂ ਵੀ ਜੇਲ੍ਹ ਜਾ ਚੁੱਕਿਆ, ਜੇ ਦੁਬਾਰਾ ਜਾਊਂਗਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ। ਨਹੀਂ, ਮੰਗ ਕੀ ਕਰਦੇ ਹੋ? ਮੰਗ ਕਰਦਾ ਮੈਂ, ਮੇਰੀ ਕੋਈ ਮੰਗ ਨਹੀਂ, ਮੈਂ ਤਾਂ ਦੁਕਾਨ ਮੰਗਦਾ ਸੀ ਨਾਲ ਜੀ। ਇਹ ਮੈਨੂੰ ਦੁਕਾਨ ਦੇਣੀ ਨਹੀਂ, ਮੈਂ ਕਿਹਾ ਮੈਨੂੰ ਜਗ੍ਹਾ ਜਿਸ ਪਾ ਲਈ ਆ ਮੈਨੂੰ ਉਸ ਪਾ ਦੇ ਦੇ। ਕੀ ਮੰਗ ਕਰਦੇ ਹੋ? ਮੰਗ ਕੀ ਕਰਦੇ ਪ੍ਰਸ਼ਾਸਨ ਤੋਂ? ਮੇਰਾ, ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜੀ, ਅਸੀਂ ਮੀਆਂ ਬੀਬੀ ਕਮਾਉਣ ਵਾਲੇ ਹਾਂ, ਸਾਡੀ ਦਵਾਈਆਂ ਦਾ ਖਰਚਾ ਅਸੀਂ ਆਪ ਕੱਢਦੇ ਹਾਂ। ਦੋ ਬੇਟੀਆਂ ਨੇ, ਅਸੀਂ ਕਿੱਥੇ ਜਾਈਏ? 36 ਸਾਲਾਂ ਦੇ ਅਸੀਂ ਬੈਠੇ, ਅਸੀਂ 36 ਸਵੇਰ ਤੋਂ ਲੈ ਕੇ ਰਾਤ ਤੱਕ ਤੇ 11 ਵਜੇ। ਅੱਜ ਮੈਂ ਭਾਈ ਸਾਹਿਬ ਮੈਂ ਬੈਠੀ ਸੀ ਦੁਕਾਨ ਤੇ, ਇਹ ਇਧਰ ਪਿੱਛੋਂ ਦੀ ਆਇਆ, ਆ ਕੇ ਇਹਨੇ ਸਮਾਨ ਸਿੱਟਤਾ। ਮੈਂ ਉੱਠ ਕੇ ਪੁੱਛਿਆ, ਮੈਂ ਕਿਹਾ ਆ ਕੀ ਕੀਤਾ ਕਾਕਾ? ਆ ਕੇ ਸਿੱਟਿਆ ਵਾ। ਕਹਿੰਦਾ ਸਿੱਟੂਗਾ। ਮੈਂ ਕਿਹਾ ਕਿਉਂ ਸਿੱਟੇਗਾ? ਕਹਿੰਦਾ ਤੂੰ ਸਮਾਨ ਕੇ ਬਾਹਰ ਲਾਇਆ। ਮੈਂ ਕਿਹਾ ਤੂੰ ਬੋਰਡ ਕਿਉਂ ਲਾਏ ਨੇ? ਕਹਿੰਦਾ ਮੈਂ ਲਾਊਂਗਾ। ਕਹਿੰਦਾ ਮੈਂ ਕਿਹਾ ਫਿਰ ਮੈਂ ਕਿਹਾ ਮੈਂ ਮੈਨੇ ਮੇਰੇ ਕੋਲ ਧੱਕੇ ਨਾਲ ਕਾਲੀ ਦੁਕਾਨ ਕਰਾਉਂਦਾ, 36 ਸਾਲ ਦੀ ਮੇਰੀ ਪੁਰਾਣੀ ਦੁਕਾਨ ਆ, ਮੇਰੀਆਂ 2 ਬੇਟੀਆਂ ਨੇ, ਮੇਰਾ ਕੋਈ ਕਮਾਉਣ ਵਾਲਾ ਨਹੀਂ ਹੈਗਾ ਆਦਮੀ, ਮੇਰਾ ਸ਼ੂਗਰ ਦਾ ਮਰੀਜ਼ ਆ, ਅਟੈਕ ਦਾ ਇਹ ਮਰੀਜ਼ ਆ, ਮੈਂ ਕਿੱਥੇ ਜਾਊਂਗੀ ਜੇ ਇਹਨੂੰ ਕੁਛ ਹੋ ਗਿਆ? ਇਹ ਦੱਸੋ ਪਹਿਲਾਂ ਇਹਦਾ ਮਤਲਬ ਕੀ ਸੀ ਸਮਾਨ ਸਿੱਟਣ ਦਾ? ਉਦਣ ਵੀ ਮੈਨੂੰ ਪੌੜੀਆਂ ਦੇ ਵਿੱਚ ਖੜਦੇ ਨੇ, ਇਹਨੇ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੇਰੇ ਕੋਲ ਵੀਡੀਓ ਬਣੀ ਹੋਈ ਆ। ਮੈਨੂੰ ਕਹਿੰਦਾ ਮੈਂ ਕੀ ਕੀਤਾ ਹੁਣ? ਆਹ ਦੇਖੋ ਸਾਰੇ ਮੇਰੀ ਦੁਕਾਨ ਬਾਹਰ ਖਰਾਬ ਕਰਤਾ, ਫਰੂਟ ਦਾ ਸਮਾਨ ਸਾਰਾ ਖਰਾਬ ਕਰਤਾ ਨੇ ਮੇਰਾ। ਹੁਣ ਮੰਗ ਕੀ ਕਰਦੇ ਹੋ? ਕੇਸ ਚੱਲਦਾ ਪਿਆ, ਮੰਗ ਕੀ ਕਰਦੇ? ਕੇਸ ਚੱਲਦਾ ਪਿਆ ਸਾਡੀ, ਸਾਨੂੰ ਦੁਕਾਨ ਸਾਨੂੰ ਦਿੱਤੀ ਜਾਵੇ ਜੇ ਦੁਕਾਨ ਨਹੀਂ ਦੇਣੀ? ਪੁਲਿਸ ਨੂੰ ਵੀ ਦਿੱਤੀ ਆ, ਕਮਿਸ਼ਨਰ ਕੋਲੇ ਵੀ ਕੀਤੀ ਆ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਕੱਲ ਨੂੰ ਸਾਨੂੰ ਕੋਰਟ ਵਾਲੇ ਜੱਜ ਨੇ ਕਿਹਾ ਸੀ ਵੀ ਕਮਿਸ਼ਨਰ ਨੂੰ ਵੀ ਤੁਸੀਂ ਇਹਨਾਂ ਨੂੰ ਕਮਿਸ਼ਨਰ ਅੱਗੇ ਦਿਓ ਰਿਪੋਰਟ, ਅਸੀਂ ਕਿਹਾ ਸੀ, ਉਹ ਕਹਿੰਦਾ ਤੁਸੀਂ ਸਮਾਨ ਲਾਓ ਜਾ ਕੇ, ਅਸੀਂ ਸਮਾਨ ਲਾਇਆ ਬਾਹਰ। ਇਹ ਕਹਿੰਦਾ ਸਮਾਨ ਤੋਂ ਬਾਹਰ ਕਿਉਂ ਲਾਉਣੀ ਆ, ਮੈਂ ਤੇਰਾ ਸਮਾਨ ਨਹੀਂ ਲੱਗਣ ਦੇਣਾ। ਹਾਂਜੀ, ਕਿੰਨੇ ਵਜੇ ਦੀ ਘਟਨਾ? ਕਿੰਨੇ ਵਜੇ ਸੀ ਘਰ? 11:30 ਸਾਢੇ 11 ਵਜੇ ਦੀ ਘਰ, ਸਾਢੇ 11 ਵਜੇ ਘਰੇ ਗਏ ਨੇ। ਮੈਂ ਕਿਤੇ ਗਿਆ ਹੋਇਆ? ਡੇਲੀ ਸਮਾਨ ਆਪਣਾ ਬਾਹਰ ਲਾ ਲੈਂਦੇ ਨੇ ਨਜਾਇਜ਼, ਸਾਡੀ ਪੌੜੀ ਹੈਗੀ, ਪੌੜੀ ਦੇ ਅੱਧੇ ਹੱਦ ਤੱਕ ਲਾ ਲੈਂਦੇ ਨੇ, ਤੇ ਇਹਨਾਂ ਨੂੰ ਇਹੀ ਕਿਹਾ ਸੀ ਕਿ ਸਮਾਨ ਆਪਣਾ ਥੋੜ੍ਹਾ ਆਪਣੀ ਹੱਦ ਦੇ ਵਿੱਚ ਰੱਖਿਆ ਕਰੋ, ਵੀ ਇੰਨਾ ਇੱਕ ਤਾਂ ਤੁਸੀਂ 15-20 ਫੁੱਟ ਤੱਕ ਬਾਹਰ ਲਾ ਲੈਂਦੇ ਹੋ, ਤੁਸੀਂ ਰੈਗੂਲਰ ਇੱਥੋਂ ਨਿਕਲਦੇ ਹੋ, ਪਤਾ ਲੱਗਦਾ ਹੋਏਗਾ ਕਾਰਪੋਰੇਸ਼ਨ ਨੂੰ ਵੀ, ਸਾਰੇ ਵਿਭਾਗ ਨੂੰ ਵੀ, ਕਿੱਦਾਂ ਇਹਨਾਂ ਨੇ ਖਲੇਰਾ ਪਾਇਆ ਹੋਇਆ। ਜਗ੍ਹਾ ਕਿੰਦੀ ਆ ਜੀ? ਜਗ੍ਹਾ ਅਸੀਂ ਪਰਚੇਜ਼ ਕੀਤੀ ਹੈ। ਤੇ ਉਹ ਰੈਂਟਡ ਨੇ ਤੁਹਾਡੇ ਕੋਲ? ਨਹੀਂ, ਸਾਡੇ ਕੋਲ ਰੈਂਟਡ ਨਹੀਂ ਹੈਗਾ ਜੀ, ਇਹ ਰੈਂਟ ਦਿੰਦੇ ਹੀ ਨਹੀਂ ਪਏ, 1 ਮਹੀਨੇ ਦਾ ਇਹਨਾਂ ਨੇ ਕਿਰਾਇਆ ਦਿੱਤਾ ਵਾ, ਉਸ ਤੋਂ ਕਿਰਾਇਆ ਨਹੀਂ ਦਿੱਤਾ, ਨਾ ਕੋਈ ਡਾਕੂਮੈਂਟ ਦਿੱਤੇ ਨੇ। ਕੋਰਟ 'ਚ ਮਾਮਲਾ ਚੱਲਦਾ ਪਿਆ? ਹਾਂ, ਚੱਲਦਾ, ਸਿਵਲ ਸੂਟ ਦਾ ਚੱਲਦਾ ਪਿਆ, ਅਸੀਂ ਕੋਰਟ ਥਰੂ ਹੀ ਹੈਗਾ ਵੀ, ਕੋਈ ਦਿੱਕਤ ਨਹੀਂ ਹੈ ਇਹਦੇ ਵਿੱਚ। ਉਹਨਾਂ ਨੇ ਸਿੱਧੇ ਸਿੱਧੇ ਇਲਜ਼ਾਮ ਲਾਇਆ ਤੁਹਾਡੇ ਉੱਤੇ ਕਿ ਬਈ ਤੁਸੀਂ ਉਹਨਾਂ ਸਮਾਨ ਸੁੱਟਤਾ, ਹੋਰ ਕੋਈ ਧਮਕੀ? ਨਾ ਜੀ, ਨਾ ਨਾ, ਇਹਦੇ ਪੁਰਾਣੇ ਸਵੇਰੇ ਆ ਕੇ ਮੈਨੂੰ ਧੱਕਾ ਮਾਰਿਆ ਵਾ, ਜਦੋਂ ਉਹਨੂੰ ਇਹ ਮੈਟਰ ਦੱਸਿਆ ਵੀ ਇੱਧਰ ਕਿ ਇਹ ਚੱਲ ਗੱਲ ਹੋਈ ਹੈ, ਇਹ ਜਦੋਂ ਧੱਕਾ ਮਾਰਿਆ ਵਾ, ਅਸੀਂ ਮੇਰੇ ਖਿਆਲ ਜਿਵੇਂ ਥੋੜ੍ਹਾ ਜਿਹਾ ਸਟਾਲ ਪਰੇ ਕੀਤਾ ਵਾ, ਇੱਕ ਸਟਾਲ ਪਰੇ ਕੀਤਾ ਵਾ, ਘੱਟੋ ਘੱਟ 15-20 ਸਟਾਲ ਬਾਹਰ ਲੱਗੇ ਹੋਏ ਨੇ, ਇਸ ਟਾਈਮ ਜਾ ਕੇ ਤੁਸੀਂ ਕਾਊਂਟ ਕਰ ਲਓ।
ਇਹਨੇ ਸਾਰੇ ਦੇ ਸਾਰੇ ਪਲੈਨਿੰਗ ਕਰਕੇ ਪਤਾ ਨਹੀਂ ਕਿਹਦੇ ਨਾਲ ਗੱਲ ਕੀਤੀ ਹੈ ਅਤੇ ਸਾਰੇ ਖਲੇਰ 'ਤੇ ਆਪ ਖਲੇਰਨ ਤੋਂ ਬਾਅਦ ਇਹਨੇ ਫਿਰ ਮੀਡੀਆ ਨੂੰ ਇਕੱਠਾ ਕੀਤਾ, ਫਿਰ ਪੁਲਿਸ ਕੰਪਲੇਂਟ ਕੀਤੀ, ਇਹ ਸਾਰਾ ਹੁਣ ਮਤਲਬ ਕਿ ਉਹੀ ਕਾਰਵਾਈ ਕਰਨ ਲੱਗਿਆ ਹੋਇਆ ਤੁਹਾਡੇ ਵੱਲੋਂ ਵੀ ਸਾਡੇ ਕੋਲ ਐਵੀਡੈਂਸ ਹੈਗਾ, ਵੀਡੀਓ ਹੈਗੀ ਹੈ ਵੀ ਸਮਾਨ ਸੁੱਟ ਵੀਡੀਓ ਹੈਗੀ ਹੈ ਪੇਸ਼ ਕਰਨ, ਠੀਕ ਹੈ ਜੀ, ਤੁਹਾਡੀ ਵੀਡੀਓ ਵਿੱਚ ਵੀ ਨਜ਼ਰ ਆ ਜਾਏਗਾ, ਸਾਡੇ ਇੱਥੇ ਕੈਮਰਾ ਲੱਗਿਆ ਨਹੀਂ, ਬਾਹਰ ਅਸੀਂ ਕੈਮਰੇ ਲਵਾਉਣ ਲੱਗੇ ਹਾਂ, ਇਸ ਲਈ ਜਿਹੜੇ ਉਹਨਾਂ ਨੇ ਤੁਹਾਡੇ 'ਤੇ ਇਲਜ਼ਾਮ ਲਾਏ ਸਭ ਝੂਠੇ ਨੇ? ਭਾਜੀ ਇਹ ਸਭ ਕੁਝ ਪਲੈਨਿੰਗ ਕੀਤੀ ਜਾ ਰਹੀ ਹੈ, ਤੁਸੀਂ ਦੇਖ ਲਿਓ ਆਪ। ਇੱਕ ਇਸ ਤੋਂ ਪਹਿਲਾਂ ਵੀ ਉਹ ਕਹਿੰਦੇ ਗਾਲਾਂ ਦੀ ਵੀਡੀਓ ਸਾਡੇ ਕੋਲ ਪਈ ਹੈ, ਗਾਲਾਂ ਕੱਢੀਆਂ, ਕਹਿੰਦੇ ਧਮਕੀਆਂ ਦਿੱਤੀਆਂ ਜਾ ਰਹੀਆਂ ਨਾ ਜੀ ਨਾ, ਜੇ ਕੋਈ ਨਜਾਇਜ਼ ਬੋਲੇਗਾ ਤਾਂ ਉਹਦਾ ਜਵਾਬ ਵੀ ਫਿਰ ਦਿੱਤਾ ਜਾਂਦਾ, ਠੀਕ ਹੈ ਜੀ, ਅਸੀਂ ਕੋਈ ਚੂੜੀਆਂ ਤਾਂ ਪਾਈਆਂ ਨਹੀਂ ਹੋਈਆਂ। ਤੁਹਾਡੇ ਵੱਲ ਕੋਈ ਹਰਕਤ ਕੀਤੀ ਗਈ ਅੱਜ ਕੋਈ ਇੱਦਾਂ? ਮੈਂ ਤੁਹਾਨੂੰ ਕਹਿੰਦਾ ਜੀ, ਇੱਕ ਸਟਾਲ ਮੈਂ ਪਾਰੇ ਕੀਤਾ ਵਾ ਜਿਹੜਾ ਮੇਰੀ ਪੌੜੀਆਂ ਦੇ ਅੱਗੇ ਸੀਗਾ, ਉਸ ਤੋਂ ਬਾਅਦ ਇਹਦੇ ਪੁਰਾਣੇ ਆ ਕੇ ਧੱਕਾ ਮਾਰਿਆ ਵਾ, ਉਸ ਤੋਂ ਬਾਅਦ ਇਹਨਾਂ ਨੇ ਪਲੈਨਿੰਗ ਕਰਕੇ ਕੀ ਕੀਤਾ ਵਾ ਇਹ ਤੁਹਾਡੇ ਸਾਹਮਣੇ ਆ, ਸਾਨੂੰ ਇੱਡਾ ਖਲੇਰਾ ਇਕੱਠਾ ਕਰਨ ਦੀ ਲੋੜ ਨਹੀਂ ਹੈਗੀ ਜਿਵੇਂ ਇਹਨਾਂ ਨੇ ਪੂਰਾ ਟੱਬਰੀ। ਕਹਿੰਦੇ ਕਿ ਸਾਨੂੰ 35 ਸਾਲ ਹੋ ਗਏ ਵੀ ਸਾਨੂੰ ਵੀ, ਭਾਜੀ 35 ਸਾਲ ਹੋ ਗਏ, ਸਿਵਲ ਸੂਟ 'ਚ ਕੇਸ ਹੈਗਾ, ਠੀਕ ਹੈ ਜੀ, ਅਤੇ ਅਸੀਂ ਕਿਹੜਾ ਮਨਾ ਕਰਦੇ ਪਏ ਹਾਂ, ਅਸੀਂ ਕੁਛ ਇੱਦਾਂ ਦਾ ਐਕਸ਼ਨ ਕਰਦੇ ਹੀ ਨਹੀਂ ਪਏ। ਹੁਣ ਕੀ ਤੁਹਾਡੀ ਸਹਿਮਤੀ ਕੋਈ ਨਹੀਂ? ਸਾਡੀ ਸਹਿਮਤੀ ਕਿਸ ਚੀਜ਼ ਦੀ ਹੈ ਜੀ? ਸਮਾਨ ਭਾਜੀ ਆਪਣਾ ਹੱਦ ਦੇ ਵਿੱਚ ਲਾਣ ਕੇ ਸਾਨੂੰ ਕੋਈ ਦਿੱਕਤ ਹੀ ਨਹੀਂ ਹੈ। ਦੇਖੋ ਮੇਰੀ ਆਹ ਪੌੜੀਆਂ ਨੇ, ਮੇਰੀ ਪ੍ਰੋਪਰਟੀ ਹੈਗੀ, ਮੇਰੀ ਪ੍ਰੋਪਰਟੀ ਦੇ ਅੱਗੇ ਸਮਾਨ ਲਾਣ ਕੇ ਤਾਂ ਮੈਨੂੰ ਗੁੱਸਾ ਨਹੀਂ ਚੜੇਗਾ। ਅਸੀਂ ਆਪਣਾ ਕੰਮ ਆ ਜੀ, ਹਾਂਜੀ ਸਾਡਾ ਆਈਸਕ੍ਰੀਮ ਅਤੇ ਸਵੀਟਸ ਦਾ ਕੰਮ ਹੈ। ਅਤੇ ਕੀ ਹੁਣ ਤੁਸੀਂ ਕੋਈ ਪੁਲਿਸ ਨੂੰ ਕੰਪਲੇਂਟ ਤੁਸੀਂ ਕੀਤੀ ਆਪਣੇ ਵੱਲੋਂ? ਨਹੀਂ ਅਸੀਂ ਕੁਛ ਨਹੀਂ ਕੀਤਾ ਜੀ, ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਇੱਦਾਂ ਖਲੇਰਾ ਪਾਉਣਾ ਵਾ ਜਾਂ ਕੁਛ ਇੱਦਾਂ ਦਾ ਕੰਮ ਕੀਤਾ ਹੋਇਆ ਵਾ, ਮੀਡੀਆ ਨੂੰ ਵੀ ਇਕੱਠਾ ਕਰ ਲਿਆ ਵਾ, ਇਹ ਤਾਂ ਜਰਾ ਜਿਹਾ ਗੱਲ ਸੀਗਾ ਅਤੇ ਐਵੇਂ ਇਹਨਾਂ ਨੇ ਜਿਵੇਂ ਕੋਈ ਪਲੈਨਿੰਗ ਹੈ ਜੋ ਕੀਤਾ ਜਾ ਰਿਹਾ। ਸਾਨੂੰ ਇਹਨੇ ਦੱਸਿਆ ਹੀ ਨਹੀਂ ਜੀ ਵੀ ਕੋਈ ਕੇਸ ਚੱਲਦਾ ਪਿਆ ਵਾ, ਨਾ ਮਾਲਕਾਂ ਨੇ ਦੱਸਿਆ ਨਾ ਇਹਨੇ ਦੱਸਿਆ, ਇਹਨੇ ਕਿਹਾ ਸਹਿਮਤੀ ਨਾਲ ਅਸੀਂ ਦੁਕਾਨ ਖਾਲੀ ਕਰ ਲਾਂਗੇ, ਪਰਲੀ ਦੁਕਾਨ ਖਾਲੀ ਹੋਈ ਸੀਗੀ। ਅਸੀਂ ਇਸ ਗੱਲ ਨੂੰ ਐਗਰੀ ਕਰਦੇ, ਜਿਸ ਰੇਟ 'ਤੇ ਤੁਸੀਂ ਖਰੀਦੀ ਸਾਨੂੰ ਦੁਕਾਨ ਦੇ ਦਿਓ, ਤੁਸੀਂ ਮੰਨਦੇ ਹੋ ਕਿ ਪ੍ਰੋਫਿਟ ਤੇ ਜਾਂ ਕੁਛ ਇਹੋ ਜਿਹਾ ਕੋਈ ਗੱਲਬਾਤ ਕੋਈ ਇਹੋ ਜਿਹੀ ਹੋਈ ਤੁਹਾਡੀ? ਭਾਜੀ ਮੈਂ 2 ਕਰੋੜ ਦੀ ਦੁਕਾਨ ਖਰੀਦੀ ਹੈ, ਮੈਨੂੰ 2 ਕਰੋੜ ਰੁਪਈਆ ਲਿਆ ਕੇ ਦੇ ਦੇ ਦੁਕਾਨ ਲੈ ਲਵੇ, ਅਦਰਵਾਈਜ਼ ਕੇਸ ਚੱਲਦਾ ਪਿਆ ਕੋਰਟ ਦੇ ਵਿੱਚ, ਜੋ ਹੋਏਗਾ ਉਹ ਵੀ ਦੇਖਦਾ ਪਿਆ, ਅਸੀਂ ਵੀ ਦੇਖਦੇ ਪਏ। ਸਾਨੂੰ ਤਾਂ ਕੋਈ ਹੈ ਪਤਾ ਨਹੀਂ ਸਰ, ਸਟੇ ਮਿਲਿਆ ਨਹੀਂ ਮਿਲਿਆ ਇਹ ਤਾਂ ਕੋਰਟ ਦਾ ਮੈਟਰ ਹੈਗਾ, ਕੋਰਟ ਦੇ ਵਿੱਚ ਹੋਏਗਾ। ਮਾਲਕਾਂ ਹਾਂ ਮਾਲਕਾਂ ਦੇ ਖਿਲਾਫ ਵੀ ਕਾਰਵਾਈ ਚੱਲਦੀ ਪਈ, ਇਹਦੇ ਖਿਲਾਫ ਵੀ ਚੱਲਦੀ ਪਈ, ਇਹਨੇ ਵੀ ਤਾਂ ਲਗੋਈ ਹੈ, ਇਹਨੇ ਉਸ ਟਾਈਮ ਨਹੀਂ ਕਿਹਾ ਇਹ ਮੈਟਰ ਵੀ ਇੱਦਾਂ ਕੋਈ ਸਟੇ ਲੈਣ ਲੱਗੇ ਨੇ ਜਾਂ ਲੈਣ ਕੋਈ ਇਤਰਾਜ਼ ਹੈਗਾ, ਸਾਨੂੰ ਦੱਸ ਦਿੰਦਾ ਉਸ ਟਾਈਮ 'ਤੇ। ਹੁਣ ਤੁਸੀਂ ਵੀ ਕੋਈ ਪੱਖ ਰੱਖਣਾ ਚਾਹੁੰਦੇ ਹੋ ਆਪਣੇ ਇਸ ਮਾਮਲੇ ਦੇ ਵਿੱਚ? ਭਾਜੀ ਸਾਡਾ ਤਾਂ ਇਹੀ ਹੈ ਵੀ ਸਮਾਨ ਜਿਹੜਾ ਫਾਲਤੂ ਦਾ ਬਾਹਰ ਲਾਉਂਦਾ ਪਿਆ ਵਾ, ਦੇਖੋ ਸਾਡੀ ਦੁਕਾਨਦਾਰੀ ਹੈ, ਖਰਾਬ ਹੁੰਦੀ ਹੈ, ਸਾਡੀ ਦੁਕਾਨ ਦੀ ਲੁੱਕ ਨਹੀਂ ਆਉਂਦੀ ਹੈਗੀ ਹੈ, ਹੁਣ ਇੰਨਾ ਸਮਾਨ ਬਾਹਰ ਖਲੇਰ ਕੇ ਰੱਖੇਗਾ ਅਤੇ ਸਾਡੀ ਦੁਕਾਨਦਾਰੀ ਵੀ ਅੜਚਣ ਆਉਂਦੀ ਹੈ। ਹੋਰ ਕੋਈ ਦਿੱਕਤ ਨਹੀਂ ਹੈਗੀ ਭਾਜੀ, ਹੋਰ ਕੋਈ ਮੈਟਰ ਹੀ ਨਹੀਂ ਹੈਗਾ, ਇਹ ਤਾਂ ਐਵੇਂ ਖਮ ਖਾ ਇਹਨੇ ਕੁਛ ਪਲੈਨ ਕੀਤਾ ਵਾ। ਠੀਕ ਹੈ, ਓਕੇ ਜੀ।